ਸੱਚੀ ਗੱਲ ਸਾਰਿਆਂ ਨੂੰ ਜੀ ਨਿਊ ਅਪਡੇਟ ਨਾਲ ਆਪ ਸਭ ਦੇ ਸੰਮੁਖ ਹੋ ਰਹੀਆਂ ਸਰਕਾਰ ਵੱਲੋਂ ਕੋਈ ਫੈਸਲਾ ਨਾ ਦੇਣ ਤੇ 780 ਮੁਲਾਜ਼ਮ ਪਹੁੰਚੇ ਚਮਕੌਰ ਸਾਹਿਬ ਇਸ ਖਬਰ ਨੂੰ ਆਪਾਂ ਪੂਰੀ ਤਰ੍ਹਾਂ ਪੜ੍ਹਨ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਗੁਜਾਰਿਸ਼ ਕਰਦੇ ਹਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਰੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਸੋ ਹਾਂਜੀ ਸ਼ੁਰੂ ਕਰਦੇ ਹਾਂ ਜੀ ਪੰਜਾਬ ਪੁਲਿਸ 2016 ਨੂੰ ਕੀਤੀ ਭਰਤੀ ਦੇ ਇਤਰਾਜ਼ ਸੂਚੀ ਚ ਸ਼ਾਮਿਲ 780 ਮੁਲਾਜ਼ਮ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਪੁਲਿਸ ਵਿਭਾਗ ਵਿੱਚ ਸਨ 2016 ਵਿੱਚ ਭਰਤੀ ਕੀਤੇ 7416 ਮੁਲਾਜ਼ਮਾਂ ਵਿੱਚੋਂ 780 ਮੁਲਾਜ਼ਮਾਂ ਨੂੰ ਇਤਰਾਜ਼ ਸੂਚੀ ਵਿੱਚ ਰੱਖਿਆ ਸੀ ਤੇ ਕੁਝ ਮੁਲਾਜ਼ਮ ਐਸੇ ਵੀ ਸਨ ਜਿਨ੍ਹਾਂ ਦੀ 9-9 ਮਹੀਨੇ ਦੀ ਟ੍ਰੇਨਿੰਗ ਵੀ ਹੋ ਚੁੱਕੀ ਹੈ ਪੰਜਾਬ ਭਰ ਵਿੱਚ ਤਕਰੀਬਨ ਪੰਜਾਬ ਕੁ ਦੇਖਰੀ ਪੁੱਜੇ ਇਹਨਾਂ ਸੰਘਰਸ਼ੀ ਮੁਲਾਜ਼ਮਾਂ ਵਿੱਚ ਲੜਕੀਆਂ ਵੀ ਹਨ ਤੇ ਹੋਰ ਵੀ ਪੁੱਜ ਰਹੀਆਂ ਹਨ ਆਈ ਕਾਰਡ ਦਿਖਾਉਂਦਿਆਂ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵਿਭਾਗ ਵੱਲੋਂ ਸਾਨੂੰ شناਖਤੀ ਕਾਰਡ ਵੀ ਜਾਰੀ ਕਰ ਦਿੱਤੇ ਗਏ ਸਨ ਇਹਨਾਂ ਦੀ ਅਗਵਾਈ ਕਰ ਰਹੇ ਆਗੂਆਂ ਚ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਹੁਣ ਪੁਲਿਸ ਵਿਭਾਗ ਦੀ ਦੁਬਾਰਾ ਭਰਤੀ 25 ਸਤੰਬਰ ਨੂੰ ਕੀਤੀ ਜਾ ਰਹੀ ਹੈ ਉਹਨਾਂ ਰੋਜ਼ ਜਤਾਇਆ ਕਿ ਜਦੋਂ ਅਸੀਂ ਪਹਿਲਾਂ ਹੀ ਇਤਰਾਜ਼ ਸੂਚੀ ਵਿੱਚ ਹਾਂ ਤਾਂ ਨਵੀਂ ਭਰਤੀ ਕਿਸ ਲਈ ਕੀਤੀ ਜਾ ਰਹੀ ਹੈ ਸੋ ਜੋ ਇਹ ਖਬਰ ਸੀ ਇਹ ਪੰਜਾਬ ਪੁਲਿਸ ਦੇ ਮਲਾਜ਼ਮਾਂ ਲਈ ਸੀ ਉਹਨਾਂ ਦੀ ਵੀ ਇਤਰਾਜ਼ ਸੂਚੀ ਦੇ ਵਿੱਚ ਜਿਹੜੇ ਸ਼ਾਮਲ ਨੇ 780 ਮਲਾਜ਼ਮ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਭਰਤੀ ਨੂੰ ਲੈ ਕੇ ਚਮਕੌਰ ਸਾਹਿਬ ਪੁੱਜੇ ਹੈ ਸੋ ਇਸੇ ਤਰੀਕੇ ਨਾਲ ਸਾਡੇ ਕੋਲ ਕੋਈ ਵੀ ਅਪਡੇਟ ਆਉਂਦੀ ਹੈ ਕਿਸੇ ਵੀ ਵਿਭਾਗ ਨਾਲ ਸੰਬੰਧ ਰੱਖਦੀ ਹੋਵੇ ਅਸੀਂ ਤੁਹਾਡੇ ਤੱਕ ਟਾਈਮ ਨਾਲ ਪਹੁੰਚਾਉਂਦੇ ਰਵਾਂਗੇ ਸੋ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਚੈਨਲ ਨਾਲ ਜੁੜੇ ਹੋਏ ਨੇ ਐਂਡ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਜਿਹੜਾ ਰੈੱਡ ਬਟਨ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਰੀਆਂ ਖਬਰਾਂ ਤੁਹਾਡੇ ਇੱਕ ਚੈਨਲ ਦੇ ਉੱਪਰ ਸ਼ੋ ਹੋ ਸਕਣ ਸੋ ਲਾਸਟ ਤੇ ਫਿਰ ਅਸੀਂ ਸਾਰਿਆਂ ਦਾ ਤੈਨਦ ਲੋ ਧੰਨਵਾਦ ਕਰਦੀ ਹਾਂ